ਸਤਿ ਸ਼੍ਰੀ ਅਕਾਲ। ਹਰ ਵਾਰ ਅਸੀਂ ਕੁਛ ਨਾ ਕੁਛ ਕਰਦੇ ਹਾਂ ਆਪਣੇ ਫਾਇਦੇ ਦੇ ਲਈ, ਪਰ ਦੁਨੀਆ 'ਚ ਇੱਕ ਮੂਵਮੈਂਟ ਸ਼ੁਰੂ ਹੋ ਰਹੀ ਹੈ ਜੋ ਕੁਛ ਨਾ ਪਾਉਣ ਦੀ ਚਾਹਤ ਨਾਲ ਵੀ ਕਿਸੇ ਲਈ ਕੁਛ ਕਰਨ ਬਾਰੇ ਹੈ। ਅਤੇ ਸ਼ੁਰੂਆਤ ਕੀਤੀ ਇੱਕ ਹੇਅਰ ਸਟਾਈਲਿਸਟ ਨੇ, ਜਿਹਨੇ ਆਪਣੇ ਵੱਲੋਂ ਕੁਛ ਨਹੀਂ, ਸਿਰਫ UK ਵਿੱਚ ਹੋਮਲੈਸ ਲੋਕਾਂ ਨੂੰ ਮੁਫਤ ਵਿੱਚ ਹੇਅਰ ਕੱਟ ਦੇਣ ਲੱਗ ਗਿਆ। ਪਰ ਇਹ ਗਲੋਬਲ ਮੂਵਮੈਂਟ ਕਿਵੇਂ ਬਣੀ ਉਹਦੀ ਗੱਲ ਕਰਦੇ ਹਾਂ। 2015 ਵਿੱਚ ਇੱਕ ਦਿਨ ਹੇਅਰ ਸਟਾਈਲਿਸਟ ਜੋਸ਼ੂਆ ਕੂਮਸ ਆਪਣੇ ਕੈਂਚੀ ਕੁੰਚੀ ਲੈ ਗਿਆ ਅਤੇ ਲੰਡਨ ਦੀ ਸੜਕਾਂ 'ਤੇ ਗਿਆ। ਰਾਹ 'ਚ ਇੱਕ ਬੰਦਾ ਮਿਲਿਆ ਜਿਹਦੇ ਬਹੁਤ ਬੁਰੇ ਹਾਲ ਸੀਗੇ, ਲੰਬੀ ਦਾੜੀ, ਵਾਲ ਵਧੇ ਹੋਏ, ਬੁਰੇ ਤਰ੍ਹਾਂ ਬਿਖਰਿਆ ਹੋਇਆ ਸਭ ਕੁਝ। ਉਹਦੇ ਨਾਲ ਖੜ ਕੇ ਗੱਲ ਕੀਤੀ ਅਤੇ ਫਿਰ ਉਹਨੂੰ ਕਿਹਾ, ਚੱਲ ਯਾਰ ਤੈਨੂੰ ਇੱਕ ਫ੍ਰੀ ਹੇਅਰ ਕੱਟ ਦੇਵਾਂ ਜਦ ਤੱਕ ਆਪਾਂ ਗੱਲਾਂ ਕਰਦੇ ਹਾਂ। ਕੂਮਸ ਨੇ ਇਸ ਤਰ੍ਹਾਂ ਹੋਮਲੈਸ ਲੋਕਾਂ ਨੂੰ ਫ੍ਰੀ ਹੇਅਰ ਕੱਟ ਦੇਣੇ ਤਾਂ ਸ਼ੁਰੂ ਕੀਤੇ ਹੀ, ਲੇਕਿਨ ਉਹਨਾਂ ਦੀ ਬਿਫੋਰ ਐਂਡ ਆਫਟਰ ਫੋਟੋ ਦੇ ਨਾਲ ਕੈਪਸ਼ਨ ਵਿੱਚ ਉਹਨਾਂ ਦੀ ਕਹਾਣੀ ਲਿਖਣੀ ਸ਼ੁਰੂ ਕੀਤੀ। ਹੌਲੀ ਹੌਲੀ ਉਹਦੀਆਂ ਇਹ ਸੋਸ਼ਲ ਮੀਡੀਆ ਦੀਆਂ ਪੋਸਟਸ ਬਹੁਤ ਅੱਗੇ ਵਧਣ ਲੱਗੀਆਂ, ਬਹੁਤ ਲੋਕ ਉਹਨੂੰ ਫੋਲੋ ਕਰਨ ਲੱਗੇ ਅਤੇ ਵੱਧਦੇ ਵੱਧਦੇ ਇੱਕ ਮੂਵਮੈਂਟ ਜਿਹਦਾ ਨਾਮ ਗਿਆ ਡੂ ਸਮਥਿੰਗ ਫੋਰ ਨਥਿੰਗ, ਉਹਦਾ ਜਨਮ ਹੋ ਗਿਆ। ਉਦਾਹਰਨ ਵਜੋਂ ਤੁਹਾਨੂੰ ਇੱਕ ਫੋਟੋ ਦਿਖਾਉਂਦੇ। ਇਹ ਜਦੋਂ ਤੁਸੀਂ ਫੋਟੋ ਦੇਖੋਗੇ, ਇਸ ਬੰਦੇ ਦੀ ਦਾੜੀ ਵਗੈਰਾ ਬਹੁਤ ਵਧੀ ਹੋਈ ਹੈ, ਸਭ ਕੁਛ ਹੈ, ਪਰ ਚਿਹਰੇ 'ਤੇ ਜਿਹੜੀ ਸ਼ਿਕਨ ਹੈ, ਜਿਹੜੀਆਂ ਲਾਈਨਾਂ ਵਕਤ ਅਤੇ ਉਮਰ ਅਤੇ ਵਰੀ ਜਿਹਨੂੰ ਕਹਿੰਦੇ ਆ, ਟੈਨਸ਼ਨ ਜੋ ਬਣਾ ਦਿੰਦੀ ਹੈ, ਉਹ ਦਿਖ ਰਹੀ ਹੈ। ਅਤੇ ਫਿਰ ਉਹੀ ਬੰਦਾ ਬਿਨਾਂ ਦਾੜੀ 'ਤੇ ਤੁਸੀਂ ਦੇਖ ਰਹੇ ਹੋ, ਕਿੰਨਾ ਨੀਟ ਐਂਡ ਕਲੀਨ ਅਤੇ ਫਰੈਸ਼ ਦਿਖ ਰਿਹਾ। ਇਹ ਬੰਦਾ ਇੱਕ ਪ੍ਰੋਫੈਸ਼ਨਲ ਬੋਕਸਰ ਸੀਗਾ ਜਿਹਦਾ ਨਾਮ ਹੈ ਜੋ, ਸਾਰੀ ਦੁਨੀਆ 'ਚ ਘੁੰਮਿਆ, ਆਇਰਲੈਂਡ ਤੋਂ ਲੈ ਕੇ ਆਸਟ੍ਰੇਲੀਆ, ਆਸਟ੍ਰੇਲੀਆ ਰਿਹਾ ਤਦ ਤੱਕ ਜਦ ਤੱਕ ਉਹਦਾ ਵੀਜ਼ਾ ਸੀਗਾ। ਜਦੋਂ ਵੀਜ਼ਾ ਐਕਸਪਾਇਰ ਹੋ ਗਿਆ ਉਹਨੂੰ ਵਾਪਸ UK ਭੇਜ ਦਿੱਤਾ ਗਿਆ, ਅਤੇ ਹੋਰ ਕੁਛ ਕਰਨ ਨੂੰ ਤਾਂ ਸੀਗਾ ਹੀ ਨਹੀਂ, ਕੰਮ ਨਹੀਂ ਮਿਲਿਆ ਅਤੇ ਰੁਲ ਰਿਹਾ ਸੀਗਾ ਸੜਕਾਂ 'ਤੇ। ਇੱਕ ਇਹੋ ਜਿਹੀ ਕਹਾਣੀ ਤੋਂ ਸ਼ੁਰੂਆਤ ਹੋ ਕੇ ਇਸ ਤਰ੍ਹਾਂ ਕਈ ਕਹਾਣੀਆਂ ਕੂਮਸ ਨੇ ਆਪਣੇ ਪਹਿਲਾਂ ਇੰਸਟਾਗ੍ਰਾਮ 'ਤੇ ਪਾਈਆਂ ਅਤੇ ਫਿਰ ਕੁਛ ਉਹਨੂੰ ਔਫਰ ਆਇਆ ਅਤੇ ਹੁਣ ਉਹਨੇ ਇੱਕ ਕਿਤਾਬ ਛਾਪਤੀ ਹੈ ਇਸੇ ਨਾਮ ਤੋਂ, ਡੂ ਸਮਥਿੰਗ ਫੋਰ ਨਥਿੰਗ। ਇਹਨਾਂ ਕਹਾਣੀਆਂ ਵਿੱਚ ਲੋਕਾਂ ਨੇ ਜਦੋਂ ਆਪਣੇ ਲੋਕ ਗਵਾਏ, ਐਡਿਕਸ਼ਨ ਨਸ਼ਿਆਂ ਦੀ ਹੋਵੇ ਜਾਂ ਜਿਹੜੇ ਘਰੋਂ ਕੱਢ ਦਿੱਤੇ ਹੋਣ, ਅਬੈਂਡਨਮੈਂਟ, ਇਹ ਸਾਰਾ ਕੁਛ ਤਾਂ ਸੀਗਾ, ਲੇਕਿਨ ਇਹਨਾਂ ਕਹਾਣੀਆਂ ਵਿੱਚ ਹੋਪ, ਜੀਣ ਦੀ ਤਮੰਨਾ ਅਤੇ ਜ਼ਿੰਦਗੀ ਚੱਲਦੀ ਰਹਿਣ ਦੀ ਇੱਕ ਇੰਸਪੀਰੇਸ਼ਨ ਜ਼ਰੂਰ ਮਿਲੀ ਹੈ। ਸ਼ਾਇਦ ਇਸੇ ਕਰਕੇ ਇਹਦੀ ਇੰਸਟਾਗ੍ਰਾਮ ਸਟੋਰੀਜ਼ ਦੀਆਂ ਕੈਪਸ਼ਨਸ ਇਹਦੀ ਫੋਟੋ ਦੇ ਨਾਲ ਇੰਨਾ ਪ੍ਰਭਾਵ ਪਾਉਂਦੀਆਂ ਸੀਗੀਆਂ ਕਿ ਨਾ ਸਿਰਫ ਉਹ ਦੁਨੀਆ ਭਰ 'ਚ ਲੋਕਾਂ ਤੱਕ ਪਹੁੰਚੀਆਂ, ਪਰ ਦੁਨੀਆ ਭਰ ਦੀ ਇੱਕ ਹੈਸ਼ਟੈਗ ਦੇ ਨਾਲ ਇਸੇ ਨਾਮ ਦੀ ਮੂਵਮੈਂਟ ਸ਼ੁਰੂ ਹੋ ਗਈ ਹੈ। ਕਿਹਾ ਜਾਂਦਾ ਅ ਫੋਟੋਗ੍ਰਾਫ ਸਪੀਕਸ 1000 ਵਰਡਸ, ਜੋ 1000 ਲਫ਼ਜ਼ਾਂ 'ਚ ਕਿਹਾ ਜਾ ਸਕਦਾ ਉਹ ਕਦੀ ਕਦੀ ਇੱਕ ਫੋਟੋਗ੍ਰਾਫ ਕਰ ਦਿੰਦੀ ਹੈ। ਇਹ ਫੋਟੋਗ੍ਰਾਫ ਅਤੇ ਸ਼ਬਦਾਂ ਦੋਵਾਂ ਦਾ ਮੇਲ ਬੜਾ ਕਮਾਲ ਦਾ ਰਿਹਾ ਹੈ ਅਤੇ ਮੈਨੂੰ ਲੱਗਦਾ ਇੱਕ ਇਹੀ ਮੂਵਮੈਂਟ ਤੋਂ ਅਸੀਂ ਵੀ ਜੇ ਹੋਰ ਕੁਛ ਨਾ ਵੀ ਕਰੀਏ ਤਾਂ ਬਸ ਇੰਨਾ ਕਰ ਲਈਏ ਕਿ ਕੁਛ ਕਰੀਏ ਕਿਸੇ ਦੇ ਲਈ ਬਿਨਾਂ ਆਪਣਾ ਫਾਇਦਾ ਸੋਚੇ। ਇਹ ਮੂਵਮੈਂਟ ਇੰਨੀ ਵੱਡੀ ਬਣੀ ਕਿ ਹਾਲੀਵੁੱਡ ਐਕਟਰ ਅਤੇ ਡਾਇਰੈਕਟਰ ਮੋਰਗਨ ਫਰੀਮਨ, ਜਿਹਨੂੰ ਤੁਸੀਂ ਕਈ ਫਿਲਮਾਂ 'ਚ ਦੇਖਿਆ ਹੋਵੇਗਾ, ਉਹਨਾਂ ਨੇ ਨੈਸ਼ਨਲ ਜੀਓਗ੍ਰਾਫਿਕ ਦਾ ਇੱਕ ਸ਼ੋਅ ਬਣਾਇਆ ਜੋ ਇੱਕ 6-part ਡਾਕੂਮੈਂਟਰੀ ਸੀਗੀ, ਦ ਸਟੋਰੀ ਆਫ ਅਸ। ਇਹਦੇ ਵਿੱਚ ਇੱਕ ਪੂਰਾ ਐਪੀਸੋਡ ਇਸ ਹੇਅਰ ਸਟਾਈਲਿਸਟ ਕੂਮਸ ਨੂੰ ਡੈਡੀਕੇਟਿਡ ਸੀਗਾ। ਇਸ ਐਪੀਸੋਡ ਦਾ ਨਾਮ ਹੀ ਸੀਗਾ ਲਵ, ਅਤੇ ਮੋਰਗਨ ਫਰੀਮੈਨ ਨੇ ਕਿਹਾ ਕਿ ਪਿਆਰ ਹੀ ਤਾਂ ਹੈ ਜੋ ਕੂਮਸ ਦਾ ਦੁਨੀਆ ਦੇ ਲਈ ਦੌੜ ਰਿਹਾ। ਮੋਰਗਨ ਫਰੀਮੈਨ ਨੇ ਕਿਹਾ ਕਿ ਸਮਾਲ ਐਕਟਸ ਆਫ ਲਵ ਕੈਨ ਮੇਕ ਅ ਬਿਗ ਇੰਪੈਕਟ, ਯਾਨੀ ਕਿ ਪਿਆਰ ਨਾਲ ਕੀਤੀਆਂ ਹੋਈਆਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਵੀ ਇੰਪੈਕਟ ਬਹੁਤ ਵੱਡਾ ਹੋ ਸਕਦਾ। ਸੋ ਮੈਂ ਤਾਂ ਤੁਹਾਨੂੰ ਵੀ ਇਹੀ ਕਹਿ ਰਿਹਾ, ਡੂ ਸਮਥਿੰਗ ਫੋਰ ਨਥਿੰਗ, ਫਾਇਦਾ ਸੋਚੇ ਬਿਨਾਂ ਕਿਸੇ ਲਈ ਕੁਛ ਤਾਂ ਵਧੀਆ ਕਰੀਏ ਅਤੇ ਸ਼ਾਇਦ ਇਹ ਦੁਨੀਆ ਜਿਹੜੀ ਸਾਨੂੰ ਰੋਜ਼ ਬੜੀ ਮਾੜੀ ਜਾਪਦੀ ਹੈ ਆਪਣੇ ਆਪ ਸੋਹਣੀ ਲੱਗਣ ਲੱਗ ਪਵੇ। ਸੋ ਇਹੋ ਜਿਹੀਆਂ ਪੋਜ਼ਿਟਿਵ ਖਬਰਾਂ ਮੈਂ ਤੁਹਾਡੇ ਲਈ ਰੋਜ਼ ਲੈ ਕੇ ਆਉਂਦਾ ਰਹਾਂਗਾ। ਤੁਸੀਂ ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।